अस्सलाम वालेकुम, वेलकम टू बैक माय यूट्यूब चैनल IKHD। दोस्तों उम्मीद है कि सारे खैर खरीय ना। दोस्तों आज वीडियो करने स्टार्ट साड़ी वीडियो का टॉपिक ए कि ऐसी आप दी टिकटॉक दियां जड़ी वीडियो दियां उना दी प्लेलिस्ट किए बनावनी है, किथू बनावनी है, किवें बनावनी है, सानू कै बना के देवनी है, तुसी खुद बनावनी है, ਤੁਹਾਨੂੰ ਦੱਸਦੇ ਹਾਂ ਵੀ ਕਿਸ ਤਰ੍ਹਾਂ ਪੜ੍ਹਨੀ ਹੈ। ਅਤੇ ਜਿਸ ਬਾਰੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਆਈਕਨ ਦਾ ਬਟਨ ਦਬਾ ਲੈਣ ਅਤੇ ਤੁਹਾਨੂੰ ਅਸੀਂ ਲਾ ਲੈਂਦੇ ਹਾਂ ਸਕਰੀਨ ਰਿਕਾਰਡ ਲੱਗਦਾ ਪਿਆ ਸਾਡਾ ਇੱਥੇ ਅਤੇ ਵੀਡੀਓ ਗੌਰ ਨਾਲ ਵੇਖਣੀ ਹੈ ਅਤੇ ਤੁਹਾਨੂੰ ਦੱਸਦੇ ਹਾਂ ਵੀ ਕਿਵੇਂ ਪਲੇ ਲਿਸਟ ਬਣਦੀ ਹੈ। ਸਲੋਮੋ ਦੀ ਪਲੇ ਲਿਸਟ ਬਣਾਉਣੀ ਹੈ, ਗਾਣੇ ਵਾਲੀ ਵੀਡੀਓ ਦੀ ਪਲੇ ਲਿਸਟ ਬਣਾਉਣੀ ਹੈ, ਜਾਂ ਅਸੀਂ ਫਨੀ ਵੀਡੀਓ ਦੀ ਪਲੇ ਲਿਸਟ ਬਣਾਉਣੀ, ਜਾਂ ਅਸੀਂ ਇਸਲਾਮੀ ਵੀਡੀਓ ਦੀ ਪਲੇ ਲਿਸਟ ਬਣਾਉਣੀ, ਜਿਤਨੀਆਂ ਬਣਾਉਣੀਆਂ ਤੁਸੀਂ ਬਣਾ ਸਕਦੇ ਹੋ। ਬਾਬਾ ਹੈਲਮਟ ਨਵਾਂ ਚੈਨਲ ਬਣਾਇਆ ਤੇ ਨਵੇਂ ਚੈਨਲ ਦਾ ਪਲੇ ਲਿਸਟ ਬਣਾਉਣ ਲੱਗਿਆ ਤਾਂ ਚੱਲ ਭਾਈ ਆਪਣੇ ਵੀਵਰਾਂ ਨੂੰ ਆਪਣੇ ਦੋਸਤਾਂ ਨੂੰ ਵਿੱਚ ਵੀਡੀਓ ਬਣਾ ਕੇ ਸ਼ੇਅਰ ਕਰ ਦਿੰਦੇ ਹਾਂ। ਇੱਥੇ ਮੈਂ ਪਲੇ ਲਿਸਟ ਦਾ ਨਾਮ ਦਿੰਦਾ ਬਾਬਾ ਹੈਲਮਟ ਫਨੀ ਵੀਡੀਓ। ਬਾਬਾ ਹੈਲਮਟ ਬਾਬਾ ਹੈਲਮਟ ਫਨੀ ਵੀਡੀਓ ਬਈ ਇੱਕ ਟੋਟਲ ਯਾਨੀ ਕਿ ਨਾਂ ਆ ਗਿਆ। ਹੁਣ ਅਸੀਂ ਮੈਂ ਹੈਸ਼ ਟੈਗ ਤਿੰਨੀਆਂ ਚਾਰ ਹੈਸ਼ ਟੈਗ ਲਾਉਣੇ ਕਿਸੇ ਦੇ ਮੁਤਲਿਕ ਸਪੇਸ ਦੇ ਕੇ ਹੈਸ਼ ਟੈਗ ਦਿੰਦੇ ਹਾਂ ਪਾਪਾ ਯਹਾਂ ਨਾ ਕਰਨਾ ਕੋਈ ਡਿਫਰੈਂਸ ਜੇ ਕੋਈ ਇਸ ਦੇ ਵਿੱਚ ਸਿਰਫ ਆਪਾਂ 5 ਹਰੂਫ ਲਿਖ ਸਕਦੇ ਹਾਂ, ਮਤਲਬ ਕਿ 5 ਲਫ਼ਜ਼ ਲਿਖ ਸਕਦੇ, ਸਿੰਪਲ ਜਿਹਾ ਨਾਂ ਯਾਨੀ ਕਿ ਲਿਖ ਸਕਦੇ ਹਾਂ। ਅਸਾਂ ਨੂੰ ਇੱਥੇ ਨੈਕਸਟ ਕਰ ਦੇਣਾ। ਨੈਕਸਟ ਕਰਨ ਤੋਂ ਬਾਅਦ ਤੁਹਾਡੇ ਕਿਹੜੀ ਜਿਹੜੀ ਵੀਡੀਓ ਹੈ ਨਾ ਅਸਾਂ ਉਹ ਇੱਥੋਂ ਸਿਲੈਕਟ ਕਰਨੀ ਹੈ। ਜਿਹੜੀ ਤੁਸੀਂ ਪਹਿਲੇ ਲਿਸਟ ਦੇ ਸਾਡੇ ਕੋਲ ਇਹ ਪਹਿਲੇ ਲਾਈ ਹੋਈ ਹੈ, ਅਸਾਂ ਇਹਨੂੰ ਡਨ ਕਰ ਦੇਣਾ। ਡਨ ਕਰਨਾ ਸਾਡੇ ਕੋਲ ਪਲੇ ਲਿਸਟ ਤਿਆਰ ਹੋ ਗਈ ਬਾਬਾ ਹੈਲਮਟ ਫਨੀ ਵੀਡੀਓ ਇਸ ਯਾਨੀ ਕਿ ਨਿਊ ਪਲੇ ਲਿਸਟ ਤਿਆਰ ਹੋ ਬਣ ਗਈ। ਅਗਰ ਤੁਹਾਡਾ ਇੱਕ ਸਵਾਲ ਇਹ ਹੈ ਭਾਈ ਸਾਡੇ ਨਾਲ ਪਲੇ ਲਿਸਟ ਨਹੀਂ ਬਣਦੀ ਪਈ, ਪਲੇ ਲਿਸਟ ਦਾ ਆਪਸ਼ਨ ਨਹੀਂ ਆਇਆ, ਉਹ ਮੇਰੇ ਹਿਸਾਬ ਨਾਲ ਉਹ 10,000 ਫਾਲੋਅਰ ਦੇ ਤੁਹਾਡੇ 10,000 ਫਾਲੋਅਰ ਤੋਂ ਉੱਤਾਂ ਫਾਲੋਅਰ ਵੱਧੇ ਹਨ ਤੇ ਉਸ ਤੋਂ ਬਾਅਦ ਪਲੇ ਲਿਸਟ ਦਾ ਆਪਸ਼ਨ ਆ ਸੀ, ਅਦਰਵਾਈਜ਼ ਤੁਹਾਡਾ ਪਲੇ ਲਿਸਟ ਦਾ ਆਪਸ਼ਨ ਨਹੀਂ ਆਇਆ ਤੇ ਅਸਾਂ ਸਿਰਫ 10,000 ਫਾਲੋਅਰ ਮਤਲਬ 10,000 ਫਾਲੋਅਰ ਜਦੋਂ ਕੰਪਲੀਟ ਹੋ ਸੀ ਉਦੋਂ ਪਲੇ ਲਿਸਟ ਸਟਾਰਟ ਹੋ ਸੀ, ਪਹਿਲੇ ਪਲੇ ਲਿਸਟ ਤੁਹਾਡੀ ਨਹੀਂ ਬਣ ਸਕਦੀ ਤੇ ਪਹਿਲੇ ਅਸਾਂ ਵੀਡੀਓ ਨਹੀਂ ਪੋਸਟ ਕਰ ਸਕੇ। ਤਕਰੀਬਨ ਸਾਨੂੰ ਹੋ ਗਿਆ ਹਫ਼ਤਾ ਸਾਰਾ, ਅਸੀਂ ਥੋੜੇ ਮਸਰੂਫ ਰਹੇ ਇਸ ਚੈਨਲ ਦੇ ਚੱਕਰੇ ਚ, ਚੈਨਲ ਨਵਾਂ ਬਣਾਇਆ, ਛੋਟੇ ਵਗੈਰਾ ਕਰ ਰਹੇ ਹਾਂ, ਮਸਰੂਫ ਰਹੇ ਹਾਂ ਫਿਰ ਜਿੱਦਾਂ ਯਾਨੀ ਕਿ ਸਾਰੇ ਟਾਈਮ ਨਹੀਂ ਮਿਲਿਆ ਜੀ ਆਪਣੇ ਆਈ ਕੇ ਐਚ ਡੀ ਵੀਡੀਓ ਬਣਾਉਣ ਵਾਸਤੇ ਤੇ ਅੱਜ ਮੈਂ ਚੱਲ ਵੀਡੀਓ ਬਣਾ ਦਿੰਦੇ ਹਾਂ, ਸਟਾਰਟ ਕਰ ਦਿੰਦੇ ਹਾਂ। ਕਿਉਂਕਿ ਨਾ ਬੜਾ ਟਾਈਮ ਹੋ ਗਿਆ, 10-15 ਦਿਨ ਹੋ ਗਏ ਨਾ ਤੇ ਵਧੀਆ। ਸਾਨੂੰ ਇਸ ਚੈਨਲ ਤੇ ਸਪੋਰਟ ਕਰੋ, ਨੈਕਸਟ ਚੈਨਲ ਤੇ ਸਪੋਰਟ ਕਰੋ ਤੇ ਸੈਕਿੰਡ ਚੈਨਲ ਤੇ ਵੀ ਸਾਨੂੰ ਸਪੋਰਟ ਕਰੋ ਤੇ ਤਾਂ ਅਸੀਂ ਕਰਾਂਗੇ ਵੀਡੀਓ ਦਾ ਐਂਡ। ਜੇ ਤੁਹਾਨੂੰ ਸ਼ਾਰਟ ਵੀਡੀਓ ਛੋਟੇ ਜਿਹੇ ਸ਼ਾਰਟ ਪੁਆਇੰਟ ਦੱਸਿਆ, ਜੇ ਸਾਡੀ ਵੀਡੀਓ ਅੱਛੀ ਲੱਗੀ ਹੋਵੇ, ਪਿਆਰੀ ਲੱਗੀ ਹੋਵੇ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ। ਅੱਲਾ ਹਾਫਿਜ਼।